पंजाब सरकार वालों छेवें पे कमीशन दीआं त्रुटियां दूर करन लई अनोमली कमेटी का नवा पत्र जारी। सत श्री अकाल दोस्तों, तुहाडे अपने चैनल माइंड कोच दे विच तुहाडा स्वागत है। यह एक इनफॉर्मेटिव प्लेटफॉर्म है जिस दे विच जॉब अलर्ट नोटिफिकेशन अती होर बहुत सारी इनफॉर्मेशन तुहानू प्रोवाइड करवाई जाती है। पंजाब सरकार ने छेवें पे कमीशन विच आईआं त्रुटियां नू दूर करन लई गंभीर कदम चुकते हुए एक ताजा पत्र जारी किया है। यह पत्र अनोमली कमेटी वालों 7 अक्टूबर 2024 नू जारी किया गया, जिस विच वख-वख विभागां नू सूचित किया गया है कि वह तनखा स्केलां विच आ रही त्रुटियां की पूरी जानकारी मुकम्मल रूप में तुरंत भेजन। पिछले साल छेवें पे कमीशन दीआं खामियां नू ठीक करन लई अनोमली कमेटी का गठन किया गया सी। इस साल अगस्त विच भी कमेटी वालों एक पत्र जारी करके सारे विभागों तो अनोमली संबंधी जानकारी मंगी गई सी, पर प्राप्त जानकारी अधूरी होने करके हुण मुड़ नवा पत्र जारी किया गया है। नवे पत्र विच स्पष्ट तौर ते कहा गया है कि विभागों वालों पहला भेजी जानकारी अधूरी सी, हुण मुड़ सारी जानकारी सही ते मुकम्मल रूप विच मंगी गई है, जिस विच केवल उन्हां पे स्केलां दी जानकारी भेजने लई कहा गया है जिथे त्रुटियां पाईआं गईआं हन। इस दे नाल ही जिन्हां तनखाह स्केलां विच कोई गड़बड़ नहीं उन्हां नूं भी सही तस्दीक दे नाल भेजण दी हदायत दित्ती गई है। इस पत्र विच विभागां दे मुखी अते एसएएस कैडर दे अधिकारियों तो टिप्पणियां अते वित्तीय बोझ बारे जानकारी दी भी मांग कीती गई है, जिस नाल छेवें पे कमीशन दीआं गड़बड़ां दा सही तौर ते निपटारा ਕੀਤਾ ਜਾ ਸਕੇ। ਪੱਤਰ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਬੋ ਪੰਜਾਬ ਦੇ ਬੋਰਡਾਂ, ਕਾਰਪੋਰੇਸ਼ਨਾਂ, ਯੂਨੀਵਰਸਿਟੀਆਂ ਅਤੇ ਖੁਦ ਮੁਖਤਿਆਰ ਅਦਾਰਿਆਂ ਵੱਲੋਂ ਅਨੋਮਲੀ ਦੇ ਕੇਸ ਅਨੋਮਲੀ ਕਮੇਟੀ ਵੱਲੋਂ ਨਹੀਂ ਵਿਚਾਰੇ ਜਾਣਗੇ। ਇਹ ਅਦਾਰੇ ਆਪਣੀ ਅਨੋਮਲੀ ਕੇਸਾਂ ਨੂੰ ਖੁਦ ਸੰਭਾਲਣ ਲਈ ਸਮਰੱਥ ਹਨ। ਪੱਤਰ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਜੇਕਰ ਕੋਈ ਕਰਮਚਾਰੀ ਜਾਂ ਅਧਿਕਾਰੀ ਸਿੱਧੇ ਤੌਰ ਤੇ ਅਨੋਮਲੀ ਕਮੇਟੀ ਨੂੰ ਆਪਣੀਆਂ ਤਰੁੱਟੀਆਂ ਸੰਬੰਧੀ ਜਾਣਕਾਰੀ ਭੇਜਦਾ ਹੈ ਤਾਂ ਉਹ ਸ਼ਿਕਾਇਤਾਂ ਕਮੇਟੀ ਵੱਲੋਂ ਨਹੀਂ ਸਵੀਕਾਰ ਕੀਤੀਆਂ ਜਾਣਗੀਆਂ, ਸਿਰਫ ਵਿਭਾਗਾਂ ਦੁਆਰਾ ਭੇਜੀ ਜਾਣਕਾਰੀ ਹੀ ਕਮੇਟੀ ਦੁਆਰਾ ਵਿਚਾਰੀ ਜਾਵੇਗੀ। ਛੇਵੇਂ ਪੇ ਕਮਿਸ਼ਨ ਦੀਆਂ ਤਰੁੱਟੀਆਂ ਵਿੱਚ ਤਨਖਾਹਾਂ ਵਿੱਚ ਆ ਰਹੀ ਭਾਰੀ ਕਮੀ ਅਤੇ ਜੂਨੀਅਰ ਸੀਨੀਅਰ ਤਨਖਾਹਾਂ ਦੇ ਵਿਚਾਲੇ ਫਰਕ ਦੀ ਗੜਬੜ ਨੂੰ ਵੀ ਹਾਈਲਾਈਟ ਕੀਤਾ ਗਿਆ ਹੈ। ਬਹੁਤ ਸਾਰੇ ਮੁਲਾਜ਼ਮਾਂ ਨੂੰ ਪ੍ਰਮੋਸ਼ਨ ਤੋਂ ਬਾਅਦ ਵੀ ਤਨਖਾਹ ਘੱਟ ਮਿਲ ਰਹੀ ਹੈ, ਜੋ ਅਨੋਮਲੀ ਕਮੇਟੀ ਦੀ ਜਾਂਚ ਦਾ ਹਿੱਸਾ ਬਣੇਗੀ। ਇਸ ਦੇ ਨਾਲ ਹੀ ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨ ਦੀ ਦੁਬਾਰਾ ਲਾਗੂ ਕਰਨ ਲਈ ਵੀ ਕਈ ਮੁਲਾਜ਼ਮਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ। ਇਹ ਪ੍ਰੋਗਰੈਸ਼ਨ ਅਜੇ ਤੱਕ ਰੁਕਿਆ ਹੋਇਆ ਹੈ, ਜਿਸ ਕਾਰਨ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਲਗਾਤਾਰ ਆਪਣੀਆਂ ਮੰਗਾਂ ਨੂੰ ਰੱਖ ਰਹੇ ਹਨ। ਪੰਜਾਬ ਸਰਕਾਰ ਨੇ ਅਨੋਮਲੀ ਕਮੇਟੀ ਵੱਲੋਂ ਜਾਰੀ ਕੀਤਾ ਇਹ ਨਵਾਂ ਪੱਤਰ ਸਪਸ਼ਟ ਕਰਦਾ ਹੈ ਕਿ ਛੇਵੇਂ ਪੇ ਕਮਿਸ਼ਨ ਦੀਆਂ ਗੜਬੜਾਂ ਨੂੰ ਦੂਰ ਕਰਨ ਲਈ ਸਰਕਾਰ ਇਸ ਵੇਲੇ ਤੇਜ਼ੀ ਨਾਲ ਕੰਮ ਕਰ ਰਹੀ ਹੈ ਅਤੇ ਵਿਭਾਗਾਂ ਨੂੰ ਮੁਕੰਮਲ ਅਤੇ ਪੂਰੀ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ ਤਾਂ ਜੋ ਇਹ ਪ੍ਰਕਿਰਿਆ ਜਲਦੀ ਮੁਕੰਮਲ ਹੋ ਸਕੇ। ਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਵੀਡੀਓ 'ਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤੋ ਥੈਂਕ ਯੂ।